ਦੇਖਿਆ ਜਾਊਗਾ। ਇਹ ਕਦੇ ਰਾਜਸਥਾਨ ਦੀ ਗੱਲ ਨਹੀਂ ਹੈਗੀ, ਸਾਡੇ ਪੰਜਾਬ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਵਾ। ਇਹਨੂੰ ਲੁਕਮਾ ਵਾ ਤੇ ਰਾਜੀਨਾਮੇ ਹੋ ਜਾਂਦੇ ਆ, ਰਾਜੀਨਾਮੇ ਹੋਣ ਦੇ ਬਾਵਜੂਦ ਫਿਰ ਵੀ ਧੱਕਾ ਹੋ ਰਿਹਾ ਵਾ। ਸੋ ਜਿਹੜੇ ਵੀ ਇੱਥੇ ਅੱਜ ਪਹੁੰਚੇ ਆ, ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਉਹ ਸਾਡੀ ਇੱਕ ਉਹਦੇ ਆਏ ਆ। ਜਦੋਂ ਵੀ ਸਾਡੇ ਸਮਾਜ 'ਤੇ ਕੋਈ ਵਿਪਤਾ ਪਾਊਗੀ, ਅਸੀਂ ਆਪਦਾ ਵਿਅਕਤੀਗਤ ਸਾਰਾ ਕੁਝ ਛੱਡ ਕੇ ਔਰ ਆਪਣੀ ਰਾਜਨੀਤੀ ਛੱਡ ਕੇ ਅਸੀਂ ਇਸੇ ਤਰ੍ਹਾਂ ਇਕੱਠੇ ਹੋਈਏ ਤਾਂ ਜੋ ਜਿਹੜੇ ਸਾਡੇ ਜ਼ੁਲਮ ਕਰਦੇ ਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਇੱਕ ਹੈਗੇ ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਮਾਸਟਰ ਜੀ ਆ ਜਾਓ, ਨਾਰੇ ਲਾ ਦਿੰਦੇ ਮਾਸਟਰ ਜੀ ਨੂੰ ਕਰ ਲੈਣ। ਬਹੁਜਨ ਸਮਾਜ ਦੇ ਮੁਲਾਜ਼ਮ ਮਜ਼ਦੂਰ ਅਤੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਔਰ ਅੱਜ ਦੇ ਉਸ ਬਜ਼ਾਰੇ ਦੇ ਵਿੱਚ ਸ਼ਾਮਿਲ ਹੋਇਆ ਜਗਰਾਓਂ ਦੇ ਵਿੱਚ ਰਾਜਸਥਾਨ ਦੇ ਵਿੱਚ, ਜਿਵੇਂ ਘਟਨਾ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਗਿਆ, ਇੰਦਰ ਕੁਮਾਰ ਮੇਘਵਾਲ ਜੀ ਨੂੰ ਅਛੂਤ ਕਹਿ ਕੇ ਕਿ ਉਸੇ ਅਛੂਤ ਬੱਚੇ ਨੇ ਸਿੱਖ ਮਨੂਵਾਦੀ ਦੇ ਪਹੁੰਚੀ ਉੱਚ ਜਾਤੀ ਦੇ ਘੜੇ ਨੂੰ ਹੱਥ ਲਾਤਾ, ਇਸ ਕਰਕੇ ਪਹੁੰਚੀ ਹੈੱਡ ਮਾਸਟਰ ਨੇ ਪਹੁੰਚੀ ਉੱਚ ਜਾਤੀ ਦੇ ਨੇ ਉਸ ਬੱਚੇ ਦੀ ਕੁੱਟਮਾਰ ਕਰਕੇ